ਆਏ ਨੇ ਆਪਾਂ ਵੀ ਕੰਨਿਆ ਦਾਨ ਪਾ ਦੋ ਕਿੰਨਾ ਪਾਈਏ ਪਾ ਦੋ ਜਿੰਨਾ ਪਾਉਣਾ ਖੁੱਲ੍ਹੇ ਹੱਥ ਨਾਲ ਦੱਸੋ ਵੀ ਹੁਕਮ ਕਰੋ ਕਿੰਨਾ ਪਾਈਏ ਕਹਿ ਦੋ 5,000 ਕਹਿ ਦੋ 6 ਕਹਿ ਦੋ ਹਜ਼ਾਰਾਂ ਤੇ ਚਲੋ ਸੈਂਕੜੇ ਨਾ ਕਿਹੋ ਚੱਲ ਵੀ 10,000 ਦੇ ਦੋ ਇਹ ਨਹੀਂ ਬੋਲਦੇ ਹੁਣ ਬੋਲੇ ਸੋਨਿਹਾ 10,000 ਇਹਨਾਂ ਬੀਬੀਆਂ ਇਸ ਪ੍ਰੋਗਰਾਮ ਵਾਸਤੇ ਬੋਲੋ ਮਗਰ ਤਾਂ ਬੋਲ ਸਿੰਘ ਬੈਠੇ ਨੇ ਮੈਂ ਤਾਂ ਕੋਈ ਨਹੀਂ ਆਖਿਆ ਉਹ ਪ੍ਰਧਾਨਾਂ ਨੂੰ ਫੜਾ ਦੇ ਬੈਠੇ ਨੇ ਚੱਕੋ ਕਿਹੜੇ ਕਿਹੜੇ ਬੈਠੇ ਹੋਣਗੇ ਚੱਲ ਇੱਕੋ ਹੀ ਗੱਲ ਹੈਗੀ ਮੇਰੇ ਕੋਲ ਫੇਰ ਕਿਹੜਾ ਰਹਿਣੇ ਨੇ ਇਹ ਉਹ ਸਾਰੀਆਂ ਸੰਗਤਾਂ ਜਿਹੜਾ ਦਾਨ ਕਰਦੇ ਨੇ ਸੇਵਾ ਕਰਦੇ ਨੇ ਸੇਵਾ ਦਾ ਨੂਰ ਐਂ ਚਮਕਦਾ ਹੈ ਇੱਕ ਹੀ ਸ਼ੂਟ ਕਰ ਦਿਓ ਹਾਂਜੀ ਮਸਤਕ ਚਮਕੇ ਚਮਕੇ ਓਏ ਸਿੰਘਾਂ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓਏ ਸਿੰਘਾਂ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓ ਸਿੰਘਾਂ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓ ਸਿੰਘਾਂ ਸੇਵਾ ਦਾ ਨੂਰ ਮਸਤਕ ਚਮਕੇ ਇੱਕ ਰੁਪਏ ਦੀ ਲਾਟਰੀ ਪਾਈਏ ਭਾਈ ਦੇਖਿਓ ਖਾਲੀ ਰਹਿ ਜਾਓ ਕੰਨਿਆਦਾਨ ਹੈ ਰਾਜੇ ਮਹਾਰਾਜੇ ਵੀ ਕੰਨਿਆਦਾਨ ਪਾਉਂਦੇ ਹੁੰਦੇ ਸੀਗੇ ਤੇ ਕੋਈ ਖਾਲੀ ਮੇਰੀ ਭੈਣ ਗੁਰਸਿੱਖ ਨਾ ਰਹਿ ਜਾਵੇ ਆ ਜਾਓ ਮੈਂ ਧਰਨਾ ਪੜ੍ਹਨਾ ਬੀਜ ਲਓ ਧਰਨ ਦੀ ਕਿਆਰੀ ਮਸਤਕ ਚਮਕੇ ਚਮਕੇ ਹੋ ਸਿੰਘਾ ਪਾਣੀ ਦਾ ਨੂਰ ਮਸਤਕ ਚਮਕੇ ਚਮਕੇ ਹੋ ਚਮਕੇ ਚਮਕੇ ਓ ਸਿੰਘਾ ਪਾਣੀ ਦਾ ਨੂਰ ਮਸਤਕ ਚਮਕੇ ਚਮਕੇ ਓ ਸਿੰਘਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓ ਸਿੰਘਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓ ਸਿੰਘਾ ਸੇਵਾ ਦਾ ਨੂਰ ਮਸਤਕ ਚਮਕੇ
ਸਿੰਘ ਚਮਕੇ ਚਮਕੇ ਉਹ ਸਿੰਘਾ ਸੇਵਾ ਦਾ ਨੂਰ ਮਾ ਸਿੰਘ ਚਮਕੇ ਚਮਕੇ ਉਹ ਸਿੰਘਾ ਸੇਵਾ ਦਾ ਨੂਰ ਮਾ ਸਿੰਘ ਚਮਕੇ ਚਮਕੇ ਉਹ ਸਿੰਘਾ ਸੇਵਾ ਦਾ ਨੂਰ ਮਾ ਸਿੰਘ ਚਮਕੇ ਚਮਕੇ ਉਹ ਸਿੰਘਾ ਸੇਵਾ ਦਾ ਨੂਰ ਮਾ ਸਿੰਘ ਚਮਕੇ ਚਮਕੇ ਉਹ ਮੇਰੇ ਵਰਗੇ ਤਾਂ ਕੋਈ ਆਟਾ ਨਹੀਂ ਪਾਉਂਦਾ ਮੁੱਠੀ। ਸਤਿਗੁਰੂ ਮੇਰਾ ਮੁਝਮੇ ਕੁਝ ਨਹੀਂ, ਇਹ ਤਾਂ ਸੰਗਤਾਂ ਦਾ ਪਿਆਰ ਹੈ। ਕੋਈ ਨਹੀਂ ਇਸ ਦਰਬਾਰ ਅੰਦਰ ਜਿਹੜਾ ਗਰੀਬ ਨੂੰ ਗੁਰਸਿੱਖ ਨੂੰ ਪਿਆਰ ਨਾ, ਇਹ ਪਿਆਰ ਦਾ ਸਬੂਤ ਸਤਿਗੁਰੂ ਦਸਾਂ ਗੁਰੂਆਂ ਦੀ ਜੋਤ, ਇਹ ਤੁਹਾਨੂੰ ਬਹੁਤ ਸਾਰਾ ਪਿਆਰ ਮਿਲੇਗਾ। ਮਹਾਰਾਜ ਕਹਿੰਦੇ ਫਿਰ ਹੁਣ ਕੀ ਮੰਗਦੀਆਂ ਭਾਈ ਸਤਿਗੁਰੂ ਗਰੀਬ ਨਵਾਜ, ਹੁਣ ਮੈਂ ਕੀ ਮੰਗਣਾ, ਹੁਣ ਮੈਨੂੰ ਧੱਕਾ ਨਾ ਦਿਓ, ਦੂਜੀ ਵਾਰੀ ਚਰਨਾਂ 'ਚ ਰੱਖ ਲਓ, ਬੜੋ ਪਿਆਰ ਨਾਲ ਹੁਣ ਮੈਨੂੰ ਰੱਖ ਲੈ, ਰੱਖ ਲੈ ਉਹ ਸੱਜਣਾ ਚਰਨਾਂ ਦੇ ਕੋਲ, ਹੁਣ ਮੈਨੂੰ ਰੱਖ ਲੈ। ਚਰਨਾਂ ਦੇ ਕੋਲ ਹੁਣ ਮੈਨੂੰ ਰੱਖ ਲੈ।
ਚਰਨਾਂ 'ਚ ਰਹਿਣੇ। ਇੱਕ ਪੱਥਰ ਦੀ ਕੈਂਕਰ ਬੜੀ ਸਾਰੀ ਲੈ ਆਉਂਦੀ। ਮਹਾਰਾਜ ਕਹਿੰਦੇ ਜਾੜ ਹੇਠ ਲੈ ਕੇ ਭਰਨ ਫਿਰੇ ਸੀ। ਅੱਜ ਕੱਲ੍ਹ ਤਾਂ ਜਿੰਨੇ ਸੰਤ ਨੇ ਚੇਲੇ ਬਣਾਉਂਦੇ ਨੇ ਵਡਿਆ ਕੇ ਬਣਾਉਂਦੇ ਨੇ ਨਾ, ਮਹਾਰਾਜ ਨੇ ਵਡਿਆ ਕੇ ਨਹੀਂ ਬਣਾਇਆ ਕਿਸੇ ਨੂੰ। ਉਹ ਕਹਿੰਦਾ ਜੇ ਤੂੰ ਪ੍ਰੇਮ ਖੇਲਣ ਘਰ ਚਾਹੋ ਸਿਰ ਤਾਂ ਤਲੀ ਗਲੀ ਮੋੜੀ ਆਓ। ਡਰਾ ਐਂ ਹਸਾ ਕੇ ਵਡਿਆ ਕੇ ਨਹੀਂ ਪੰਜਾਲੀ ਪਾਈ ਗਲ 'ਚ ਐਨ। ਕਹਿੰਦੇ ਆ ਕੈਂਕਰ ਭਰਨ। ਮਹਾਰਾਜ ਨੇ ਅੰਤਰ ਧਿਆਨ ਹੋ ਕੇ ਬੀਬਾ ਜੀ ਨੇ ਮੂੰਹ 'ਚ ਲਈ ਜਾੜ, ਕਰੜ ਰੜ ਦੇ ਕੇ ਭੰਨ ਦਿੱਤੀ। ਮਹਾਰਾਜ ਕਹਿੰਦੇ ਹੁਣ ਤੂੰ ਚੇਪਣਾ ਨੇ ਕਿਸੇ ਦੁਸ਼ਟ ਜ਼ਾਲਮ ਦੀ ਜਾੜ ਐਂ ਭੰਨੇ। ਪਾਤਸ਼ਾਹ ਗਰੀਬ ਨਵਾਜ਼ ਖੁਸ਼ੀਆਂ ਵਿੱਚ ਆਏ, ਕਹਿੰਦੇ ਕੁਝ ਤਾਂ ਮੰਗੋ। ਕਹਿੰਦੇ ਮੰਗਣਾ ਕੀ ਹੈ ਮਹਾਰਾਜ? ਚਰਨਾਂ ਦੀ ਸੇਵਾ ਬਖਸ਼ੋ। ਕੁਝ ਨਹੀਂ ਮੰਗਣਾ, ਚਰਨਾਂ ਦੀ ਸੇਵਾ ਹੀ ਕਰਨੀ। ਸਤਿਗੁਰੂ ਗਰੀਬ ਨਵਾਜ਼ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੀ ਸ਼ਾਨ ਉੱਚੀ, ਤੇਰਾ ਨਿਸ਼ਾਨ ਉੱਚਾ, ਤੇਰਾ ਮਾਨ ਉੱਚਾ। ਜਿਹੜੇ ਖਾਲਸੇ ਸਤਿਗੁਰ ਦੇ ਚਰਨਾਂ ਵਿੱਚ ਸੇਵਾ ਕਰਦੇ ਹਨ, ਬੇਅੰਤ ਮਾਇਆ ਅਰਦਾਸ ਕੀਤੀ ਹੈ। ਹੁਣ ਆਪਾਂ ਨੇ ਇੱਕੋ ਹੀ ਚੀਜ਼ ਪੜ੍ਹਨੀ ਹੈ, ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਾਂਗੇ। ਤਪੇ ਜਾਣਾ ਬਹੁਤ ਦੂਰ ਹੈ, ਲੰਮਾ ਸਫ਼ਰ ਹੈਗਾ। ਅਤੇ ਜਿਹਨਾਂ ਜਿਹਨਾਂ ਦਾਨੀ ਪੁਰਸ਼ਾਂ ਨੇ ਇਸ ਪ੍ਰੋਗਰਾਮ 'ਚ ਮਾਇਆ ਅਰਦਾਸ ਕੀਤੀ ਹੈ, ਸਤਿਗੁਰੂ ਚੜ੍ਹਦੀ ਕਲਾ 'ਚ ਰੱਖੇ, ਮੈਂ ਤਾਂ ਸਿਰਫ ਸੰਗਤਾਂ ਦੀ ਧੂੜੀ ਔਰ ਸੰਗਤਾਂ ਦਾ ਪਿਆਰ ਲੈ ਕੇ ਜਾਵਾਂਗਾ, ਮਾਇਆ ਇੱਥੇ ਰਹੇਗੀ। ਦਾਸ ਨੂੰ ਜਿਹੜੀ ਹੋਰ ਸੇਵਾ ਲਾਉਣੀ ਹੈਗੀ ਉਹ ਹੋਰ ਲਾ ਦਿਉ, ਪਰ ਮੈਨੂੰ ਚਰਨਾਂ ਦਾ ਵਿਛੋੜਾ ਔਰ ਚਰਨਾਂ ਦੀ ਧੂੜ ਔਰ ਪਿਆਰ ਤੋਂ ਖਾਲੀ ਨਾ ਰਹਾਂ ਮੈਂ ਤਾਂ ਪੋਤੇ ਗੇਰ ਲਾਈਏ ਫਿਰ ਇੱਕ ਦੇਖੇ ਦਾਦਾ ਪੁੱਤ ਦੀ ਝੱਟ ਫਿਰ ਜਿਹੜੀ ਮੈਂ ਗੱਲ ਕਵਾਂਗਾ ਉਸਨੂੰ ਸੋਚ ਬੋਚ ਲੈਣਾ ਫਰਕ ਕਰਨ ਦੀ ਬਜਾਏ। ਕੋਈ ਬਾਂਹ ਖੜੀ ਕਰਕੇ ਇਹ ਕਹਿ ਸਕਦਾ ਵੀ ਕਿਸੇ ਬਾਪ ਨੇ ਮੁੰਡੇ ਨੂੰ ਕਿਹਾ ਹੋਵੇ ਦੋ ਰੁਪਏ ਆਜੋ ਖੇਡੀਏ, ਵਾਹਿਗੁਰੂ ਕਦੇ ਨੇ ਦੇਖੇ ਹੋਣੇ ਖੇਡਦੇ। ਜਿੰਨੇ ਗੁਰੂ ਤਖ਼ਤ ਧਰਤੀ 'ਤੇ ਬਣੇ ਬੈਠੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਸੇ ਦੇ ਗੁਰੂ ਨੇ ਕਿਹਾ ਵੀ ਆਜੋ ਖੇਡੀਏ? ਇੱਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੈ, ਕਿਹੜੇ ਕਹਿੰਦਾ ਗੁਰਸਿੱਖਾਂ ਨੂੰ ਆਜੋ ਸਿੰਘੋ ਖੇਡੀਏ? ਕੋਈ ਨਹੀਂ ਕਹਿ ਸਕਦਾ। ਜੇ ਮਹਾਰਾਜ ਤੇਜ਼ੀ ਵਿੱਚ ਵੀ ਸੀ ਤਾਂ ਖੇਡਣ ਨੂੰ ਵੀ ਹੋਈ, ਕਹਿੰਦੇ ਸ਼ਾਮ ਹੋਈ ਗੁਰਸਿੱਖਾਂ ਪ੍ਰਧਾਨਾਂ ਨੂੰ ਆਖਿਆ ਲੈ ਵੀ ਕੜਾਹੇ ਭਰ ਲਓ ਪਾਣੀ ਦੀ, ਵਿੱਚ ਪਾ ਲਓ ਲਾਲ ਰੰਗ, ਚਿੱਟੇ ਸ਼ਪੈਦ ਰੰਗ ਦੇ ਕੱਪੜੇ ਪਾ ਕੇ ਆਇਓ, ਕੱਲ੍ਹ ਨੂੰ ਚਿੱਟੀਆਂ ਦਸਤਾਰਾਂ ਸੱਜ ਤਿਆਰ ਪ੍ਰਤਿਆਰ ਹੋ ਕੇ ਪਰਮਹੰਸ ਬਣ ਕੇ ਆਉਣਾ ਹੈ। ਸਮਝ ਕੇ ਰਮਜ, ਸਾਰਿਆਂ ਨੇ ਸਭ ਕੁਛ ਕਰ ਲਿਆ, ਰੰਗ ਵੀ ਪਾ ਲਿਆ, ਕੜਾਹੇ ਵੀ ਕਰ ਲਏ, ਪਿਚਕਾਰੀਆਂ ਲੋਟ ਕਰ ਲਈਆਂ। ਸਤਿਗੁਰ ਕਹਿੰਦੇ ਜਦੋਂ ਮੈਂ ਜਕਾਰਾ ਛੱਡਾਂਗਾ ਵੀ ਉਦੋਂ ਖੇਡ ਬੰਦ ਕਰ ਦੇਣੀ ਹੈ। ਦੇਖੋ ਕੈਸੇ ਖੇਡਾਂ ਚੋਜੇ ਪ੍ਰੀਤਮਾ, ਰਾਜ ਮੇ ਰਾਜ, ਜੋਗ ਮੇ ਜੋਗੀ, ਤਪ ਮੇ ਤਪੀਸ਼ਰ, ਗ੍ਰਸਤ ਮੇ ਭੋਗੀ, ਸਰਬ ਕਲਾ ਸਮਰੱਥ। ਮੈਨੂੰ ਟਿੱਬਾ ਸਾਹਿਬ ਸਿੰਘ ਗਿਆ ਉੱਥੇ ਅਤੇ ਇੱਕ ਸ਼ਹਿਰਾ ਪਾਇਆ ਹੈ ਬੜਾ ਸੋਹਣਾ, ਦਸਤਾਰ ਸਜਾਈ ਹੋਈ ਸੋਹਣੀ ਅਤੇ ਕਲੀਆਂ ਵਾਲਾ ਚੋਲਾ ਪਾਇਆ ਨੀਵਾਂ ਜਿਹਾ। ਮੈਂ ਗੁਰਸਿੱਖਾਂ ਅੰਮ੍ਰਿਤ ਨਹੀਂ ਛਕਿਆ, ਕਹਿੰਦਾ ਤੈਨੂੰ ਮੈਂ ਮੁਸਲਮਾਨ ਦੀ ਨਾ, ਮੈਂ ਕਿਹਾ ਵਾਹ, ਮੈਂ ਕਹਿੰਦਾ ਛਕਿਆ ਹੋਇਆ, ਮੈਂ ਕਿਹਾ ਵੀ ਕਸ਼ਹਿਰਾ ਵੀ ਹੈਗਾ, ਚੋਲਾ ਵੀ ਹੈਗਾ, ਪੱਗ ਵੀ ਹੈਗੀ, ਕਿਰਪਾਨ ਨਹੀਂ ਹੈਗੀ? ਕਹਿੰਦਾ ਕਿਰਪਾਨ ਮੇਰੇ ਕੰਘੇ 'ਚ ਹੈ। ਮੈਂ ਕਿਹਾ ਕਮਲਿਆ ਫਿਰ ਕਸ਼ਹਿਰਾ ਵੀ ਕੰਘੇ 'ਚ ਪਾ ਲੈਂਦਾ, ਇਹ ਕਾਹਨੂੰ ਠੋਕਿਆ ਤੇੜ 'ਚ?
ਨਾਲੇ ਬਚਤ ਰਹਿ ਜਾਂਦੀ। ਗੁਰਮੁਖ ਪਿਆਰੇ ਹੋ, ਇਹ ਵੀ ਸਿੱਖੀ ਹੈ ਕੋਈ? ਇਹ ਦੋ ਦੁਨੀਆ ਉੱਲੂਏ ਤੁਰੀ ਫਿਰ ਜਿਹੜੇ ਡੱਡੇ ਠੋਕੀ ਫਿਰਦੇ ਹਾਂ ਅਸੀਂ, ਇਹ ਤਾਂ ਐਵੇਂ ਨੇ ਫਿਰ। ਤਾਂ ਗੁਰੂ ਰੂਪ ਸਤਸੰਗ ਜੀ ਫਿਰ ਕਸ਼ਹਿਰਾ ਵੀ ਕੰਘੇ ਜੇ ਪਾ ਲਿਆ ਕਰਨ, ਜਿੱਥੇ ਕਿਰਪਾਨ ਉੱਥੇ ਕਸ਼ਹਿਰਾ। ਤਾਂ ਇਹੋ ਜਿਹਾ ਪਖੰਡੀ ਇਸ ਗੁਰੂ ਗ੍ਰੰਥ ਸਾਹਿਬ ਨੂੰ, ਇਸ ਨਿਸ਼ਾਨ ਸਾਹਿਬ ਨੂੰ ਮੈਂ ਇੱਕ ਦਿਨ ਗਿਣੇ ਤੇ 32 ਪੰਥ ਚੁੰਬੜੇ ਹੋਏ ਨੇ ਬੇਟਾ, 32 ਪੰਥ ਜੀ ਮਗਰ ਪਏ ਨੇ ਗੁਰੂ ਗ੍ਰੰਥ ਸਾਹਿਬ ਜੀ। ਉਵੇਂ ਬਾਣੀ ਬਾਣੀ ਨੂੰ ਕਹਿੜਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖੋ ਉੱਪਰਲੇ ਮਨ ਵਿੱਚੋਂ ਜਮ੍ਹਾਂ ਨਹੀਂ ਹੈਗਾ। ਇਹਨੂੰ ਸਾਰੇ ਢਾ ਕੇ ਖਤਮ ਕਰਕੇ ਰਾਜੀ ਨੇ ਗੇ, ਖਤਮ ਆਪੇ ਹੋਈ ਜਾਂਦੇ ਨੇ ਇਹ। ਜੇ ਘੁੰਗਰੂ ਖਾ ਕੇ ਮਰ ਜੇ ਕਿਸੇ ਦਾ ਬੰਦਾ, ਕੋਈ ਬੰਦਾ ਮੱਚ ਜੋ ਫੂਕਦਾ, ਘੁੰਗਰੂ ਤਾਂ ਨਹੀਂ ਮੱਚਦਾ ਹੈਗਾ। ਘੁੰਗਰਾ ਟਣ ਧੋਤਾ ਸਮਾਰਾ ਫੇਰ ਖੜਕੂਗਾ। ਕਿੰਨੇ ਮਰਜ਼ੀ ਕੁਛ ਕਰੀਆਂ ਨੇ, ਖਾਲਸੇ ਦਾ ਘੁੰਗਰੂ ਖੜਕਦੀ ਰਹੇਗਾ। ਇਹ ਕਿਹੜਾ ਟੱਲੀਏ ਟਣ ਟਣ ਕਰੂ, ਇਹ ਤਾਂ ਨਗਾਰਾ ਖੜਕਦਾ ਹੀ ਰਹੇਗਾ। ਬੋਲੇ ਸੋ ਨਿਹਾਲ। ਪਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿੰਦਾ, ਭਾਵੇਂ ਮੈਂ ਬੁੱਢਾ ਸਾਧੂ ਹਾਂ, ਮੈਂ ਕਿਸੇ ਮਰਜ਼ਾਦਾ 'ਚ ਕਹਾਂਗਾ। ਹੁਣ ਜਿਹੜੀ ਅੱਜ ਤੁਸੀਂ ਪ੍ਰੋਗਰਾਮ ਮਨਾਇਆ ਖੁਸ਼ੀ ਦਾ, 400 ਸਾਲ ਆ ਸਤਿਗੁਰ ਨੂੰ ਪ੍ਰਕਾਸ਼ ਜੋਤ, 400 ਸਾਲ ਹੋ ਗਿਆ। ਵਰਨਾ ਬਹੁਤ ਭਾਗਾਂ ਵਾਲਿਓ ਜਿਹਨੇ 400 ਸਾਲੇ ਦੇ ਦੀਵਾਨ ਵਿੱਚ ਮਾਇਆ ਅਰਦਾਸ ਕੀਤੀ ਹੈ, ਇਹ ਮਾਇਆ ਮੈਂ ਨਹੀਂ ਲੈ ਕੇ ਜਾਣੀ, ਮੈਂ ਤਾਂ 400 ਸਾਲੇ ਦਾ ਪਿਆਰ ਲੈ ਕੇ ਜਾਣਾ ਹੈਗਾ। ਗੁਰੂ ਰੂਪ ਸਤਸੰਗ ਜੀ ਜੇ ਮਿਲ ਜਾ ਗੁਰਸਿੱਖ ਸੰਗ ਦਾ, ਤਾਂ ਪਿਆਰ ਹੋਰ ਕੀ ਰੱਬੋਂ ਲੈਣਾ ਹੈਗਾ। ਤੋ ਪਿਆਰਿਓ, ਇੱਥੇ ਵੱਸ ਨਹੀਂ ਹੈ। ਜੇ ਤੁਸੀਂ ਇਹਨਾਂ ਗੱਲਾਂ ਮਗਰ ਜਾਵੋਗੇ, ਹੁਣ ਤਾਂ 400 ਸਾਲਾਂ ਚੱਲਦਾ ਨਾ, ਅੰਮ੍ਰਿਤ ਛੱਕ ਕੇ ਗੁਰਸਿੱਖ ਬਣ ਕੇ ਬਾਣੀ ਪੜ੍ਹਿਆ ਕਰੋ, ਫਿਰ 420 ਵੀ ਆਵੇਗੀ। 420 ਕਿਵੇਂ ਆਉਗੀ? 415, 416, 417, 418, 419, 420 ਵੀ ਫਿਰ ਆਊਗੀ। ਹੋਈ ਵੀਹ ਆਊਗੀ, ਵੀਹਵਾਂ ਸਾਲ ਫਿਰ ਖਾਲਸੇ ਨਾਲ 420 ਬਹੁਤ ਚਿਰ ਦੀ ਹੁੰਦੀ ਆਉਂਦੀ ਆ, ਉਹ ਤੋਂ ਬਾਜਿਓ। ਜਿੰਨੇ ਵਡਿਆ ਵਡਿਆ ਕੇ ਖਾਲਸੇ ਨਾਲ ਗੁਰਸਿੱਖ ਨਾਲ 420 ਹੁੰਦੀਆਂ ਨਾ, ਤੇ ਸਮਝਦਾ ਕੁਛ ਨੀ, ਚਪੇੜ ਮਾਰੀ ਕਰਨ ਤੇ ਉਧਰ ਚਪੇੜ, ਕੋਡੀ 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 ਦੇਹ ਗੱਲ ਤੇ ਰੱਖਦਾ, ਕੋਡੀ 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 ਦੇਹ ਗੱਲ ਤੇ ਰੱਬ ਜੀ ਨਿਕਲ ਜਾਂਦਾ। ਇਹ ਤਾਂ ਉੱਡਣਾ ਸੱਪ ਹੈਗਾ, ਇਹਦਾ ਨਾਂ ਹੈ ਪਚੰਗੀ ਰੱਖਿਆ, ਡਰਿਆ ਨਾ ਕਰੋ। ਇਹ ਤਾਂ 420 ਬਹੁਤ ਵਾਰੀ ਆਈ ਹੈ। ਸਤਿਗੁਰੂ ਗਰੀਬ ਨਵਾਜ ਨੇ 14 ਜੰਗ ਲੰਘੇ, 420 ਹੁੰਦੀ ਹੈ। ਔਰੰਗਜ਼ੇਬ ਨੇ ਕੀਤੀ 420, ਕਹਿੰਦਾ ਮੈਨੂੰ ਕਸਮ ਖਾ ਕੇ ਕਹਿੰਦਾ ਮੈਂ ਤੇਰੇ ਸਿੱਖਾਂ 'ਤੇ ਵਾਰ ਨਹੀਂ ਕਰਦਾ। ਫਿਰ 420 ਨਹੀਂ ਤੀ, ਹੋਰ ਕੀ ਸੀ ਇਹ? ਅਤੇ ਬਹੁਤ ਵਾਰੀ ਹੋਈ ਹੈ 420, ਤਾਂ 420 ਤੋਂ ਬਚਿਓ। 420 ਮਾੜੇ ਕਪੜਾਬਾਜ਼ੀ ਹੁੰਦੀ ਹੈ 420 'ਚ, ਹੁਣ ਫਿਰ ਕਪੜਾਬਾਜ਼ੀ ਤੁਹਾਡੇ ਨਾਲ ਹੋ ਜਾਂਦੀ ਹੈਗੀ। ਤੋ ਗੁਰਮੁਖ ਪਿਆਰਿਓ, ਫਿਰ ਵੀ ਆਹ ਦਾਨ ਕਰਕੇ, ਨਾਮ ਜਪ ਕੇ, ਗੁਰਸਿੱਖ ਦਾ ਦਾਨ ਕਰਨ ਤੋਂ ਨਹੀਂ ਮੁੱਕਦਾ ਮਹਾਰਾਜ ਦੇ ਗਏ ਬਰਕਤਾਂ। ਕਿਹੜਾ ਵੀ ਮਾਇਆ ਮੁੱਕ ਜਾਓ, ਜ਼ਮੀਨ ਮੁੱਕ ਜਾਓ, ਮਹਿਲ ਮੁੱਕ ਜਾਣਗੇ, ਵਰਨਾ ਦਾਨ ਕਰਨਾ ਗੁਰਸਿੱਖ ਦਾ ਨਹੀਂ ਮੁੱਕ ਸਕਦਾ। ਕੀ ਕਰੇਗਾ ਫਿਰ ਦਾਨ ਇਹ? ਕਹਿੰਦੇ ਸੀਸ ਵੱਡੇ ਕਰ ਬੈਸਨ ਦੀ ਜੈ ਬਿਨ ਸਿਰ ਸੇਵ ਕਰੀ ਜੈ। ਇਹ ਸਿਰਦਾਨ ਕਰ ਸਕਦਾ, ਕਿਸੇ ਕੌਮ ਨੂੰ ਸਿਰਦਾਨ ਨਹੀਂ। ਬਾਕੀ ਕੁਰਬਾਨੀ ਕਰਨ ਵਾਲੀਆਂ ਦੋ ਕੌਮਾਂ ਨੇਗੀਆਂ। ਰਾਮਚੰਦਰ ਜੀ ਆਏ, ਕ੍ਰਿਸ਼ਨ ਜੀ ਆਏ, ਬੜੇ ਅਵਤਾਰ ਯੋਧੇ ਸੀ, ਮਹਾਂਬਲੀ, ਆਪਾਂ ਨੇ ਨਿੰਦਿਆ ਨਹੀਂ ਕਰਨੀ ਹੈਗੀ। ਸਾਹਿਬ ਗੁਰੂ ਗੋਬਿੰਦ ਸਿੰਘ ਇੱਕ ਅਨੁੱਠੀ ਅਵਤਾਰ ਸੀ ਜਿਹਨੇ ਸਿੱਖ ਕੌਮ ਪੈਦਾ ਕੀਤੀ। ਜੇ ਸਿੱਖ ਕੌਮ ਪੈਦਾ ਕੀਤੀ, ਇਹਦੇ ਬਾਰੇ ਕੀਤਾ ਵੀ ਕੀ,
ਜੇ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਮੁਰਗੇ ਦੇ ਸੁੱਖਾਂ ਦਿੰਦੇ ਨੇਗੇ ਮਾਤਾ ਰਾਣੀ ਦੇ ਥਾਨਾਂ 'ਤੇ ਜਾ ਕੇ। ਆਹਾਦਰ ਸੇਖ ਮਿਲੇ ਕੋਟ ਵਾਲਾ ਕੋ ਉੱਥੇ ਬੱਕਰੇ ਦਿੰਦੇ ਨੇ ਜਾ ਕੇ, ਮੇਰਾ ਪੁੱਤ ਪੈਦਾ ਹੋਇਆ ਸੁੱਖ ਰੱਖੀ। ਉਹ ਬੱਕਰਿਆਂ ਦੇ ਸੁੱਖਾਂ, ਮੁਰਗਿਆਂ ਦੇ ਸੁੱਖਾਂ, ਆਂਡਿਆਂ ਦੇ ਸੁੱਖਾਂ, ਪੁੱਤਰ ਦੀ ਖਾਤਰ ਸਾਹਿਬ ਗਰੀਬ ਨਵਾਜ ਨੇ 25 ਮੈਂਬਰਾਂ ਦੀ ਸੁੱਖ ਦਿੱਤੀ ਪਰਿਵਾਰ 'ਚੋਂ, ਜੇ ਪੰਥ ਪੈਦਾ ਕੀਤਾ। ਪੱਚੀ ਮੈਂਬਰ ਸ਼ਹੀਦ ਕਰਕੇ ਅਜੀਤ ਸਿੰਘ, ਜੁਚਾਰ ਸਿੰਘ, ਫਤਿਹ ਸਿੰਘ ਜੋਰਾਵਰ, ਪਿਤਾ ਜੀ, ਮਾਤਾਵਾਂ, ਮਾਮੇ ਦੇ ਪੁੱਤ, ਭੂਆ ਦੇ ਪੁੱਤ, ਆਪਦੇ ਸਾਲੇ ਸ਼ਹੀਦ ਕਰਕੇ ਸੁੱਖ ਦੇ ਕੇ ਫਿਰ ਕਿਹਾ ਸੁਖੀ ਬਸੇ ਮੋਰੋ ਪਰਿਵਾਰ। ਫਿਰ ਇੱਥੇ ਬਸ ਨੇ ਜਿਹੜਾ ਜੰਗ ਹੋਇਆ ਇੰਨਾ ਘੱਲੂ ਘਾਰਾ ਹੋਇਆ। ਮੇਰੇ ਭਰਾਵੋ, ਇਸ ਪ੍ਰਬੰਧ ਕੋ ਜ਼ਰਾ ਧਿਆਨ ਦੋਗੋ, ਅੰਮ੍ਰਿਤ ਛੱਕ ਗੁਰਸਿੱਖ ਬਣ ਜਾਓ ਚੰਗੇ ਰਹੋਗੇ। ਕਿਹੜਾ ਕੀ ਜੰਗ ਹੋਇਆ ਜਦੋਂ 22 ਧਾਰਾਂ ਦੇ ਰਾਜੇ ਇਕੱਠੇ ਕੀਤੇ ਬਾਦਸ਼ਾਹ ਨੇ, ਸ਼ਹਿਨਸ਼ਾਹ ਸਰਕਾਰ ਨੇ, ਕਹਿੰਦੇ ਕਿਉਂ ਵੀ ਸਾਨੂੰ ਬੁਲਾਇਆ? ਕਹਿੰਦਾ ਜੀ ਇੱਕ ਬਾਟਾ ਅੰਮ੍ਰਿਤ ਤਿਆਰ ਹੋਵੇਗਾ, ਅੰਮ੍ਰਿਤ ਛੱਕ ਕੇ ਸਿੰਘ ਸਜਾਉਣਾ ਸਾਰਿਆਂ ਨੂੰ। ਉਹਨੇ ਕਹਿੰਦੇ 22 ਧਾਰਾਂ ਦੇ ਰਾਜੇ ਕਹਿੰਦੇ ਚੂੜੇ 'ਚ ਮਾਰਾ ਅੰਮ੍ਰਿਤ ਛੱਕ ਲਈਏ ਸੀ, ਇਹਨਾਂ ਨਾਲ ਛੱਕ ਲਈਏ? ਕਹਿੰਦਾ ਛਕਣਾ ਤਾਂ ਪਊਗਾ। ਕਹਿੰਦਾ ਇਹਦਾ ਮਤਲਬ ਸਾਡੇ ਨਾਲ ਜੰਗ ਕਰੇ? ਕਹਿੰਦਾ ਹੋ ਸਕਦਾ, ਸੋਚ ਲਓ, ਵਿਚਾਰ ਕਰ ਲਓ, ਤੁਹਾਡੀ ਖਾਤਰ ਪੁੱਤਰ ਮਾਰੇ ਆਪਣੇ ਸ਼ਹੀਦ ਕੀਤੇ, ਹੋਰ ਕੋਈ ਰੌਲਾ ਫਾਰਮ ਦਾ ਨਹੀਂ ਸੀਗਾ, ਕੋਈ ਜ਼ਮੀਨ ਦਾ ਨਹੀਂ ਸੀ, ਕਿਸੇ ਫੈਕਟਰੀ ਦਾ ਨਹੀਂ ਸੀਗਾ। ਕਹਿੰਦਾ ਇਹਨੇ ਹੀ ਕਿਰਪਾ 'ਤੇ ਸਜੇ ਹਮ ਹੈ, ਤੁਹਾਨੂੰ ਕਿਹਾ ਜਿਹੜੇ ਅਸੀਂ ਹੋਰ ਪਾਸੇ ਸਜੀ ਜਾਂਦੇ ਹਾਂ, ਜਾਂ ਇਸ ਸਿੱਖ ਕੌਮ ਦਾ ਜਿਹੜੀਆਂ ਗੱਲਾਂ ਨੂੰ ਤਾਂ ਕਰਨ ਵਾਲੀਆਂ ਨੇਗੀਆਂ, ਨਾਮਧਾਰੀਏ ਕੂਕੇ ਜਿਹੜੇ ਆ ਮਲੇਰਕੋਟ ਵਾਲੇ ਕਲਰ ਹੈ, ਨੰਨਾ ਬੱਚਾ ਮਾਤਾ ਪਿਤਾ ਦਾ, ਉਹਨੂੰ ਮੂਹਰੇ ਖੜਾ ਲਿਆ, ਉਹ ਤੋਪ ਦੇ ਗੋਲੇ ਮੂਹਰੇ ਨਾ ਆਵੇ, ਉਹਨੇ ਵੱਡਾ ਸਾਰਾ ਪੱਥਰ ਰੱਖ ਕੇ ਉਹਦੇ ਉੱਪਰ ਖੜ ਗਿਆ। ਕਹਿੰਦਾ ਹੁਣ ਆਉਣਾ ਕਿ ਨਹੀਂ? ਕਹਿੰਦੇ ਨਹੀਂ, ਅਜੇ ਵੀ ਨਹੀਂ। ਫਿਰ ਹੋਰ ਰੱਖਿਆ ਐਨ ਪੱਥਰ ਸਾਹਮਣਾ ਕਰਕੇ ਗੋਲੇ ਨੂੰ, ਤੋਪ ਦੇ ਨੂੰ। ਕਹਿੰਦਾ ਹੁਣ ਮੈਂ ਨਿਸ਼ਾਨੇ ਅੰਦਰ ਆਉਣਾ ਕਿ ਨਹੀਂ? ਕਹਿੰਦਾ ਆਉਣਾ। ਕਹਿੰਦੇ ਫਿਰ ਛੱਡ ਗੋਲਾ। ਸੋ ਗੁਰੂ ਰੂਪ ਸਾਧ ਸੰਗਤ ਜੀ, ਇਹ ਜਿਹੜੀ ਸਾਡੀ ਸਿੱਖੀ ਹੈ, ਅਸੀਂ ਸਿੱਖੀ ਨਾਲ ਪੂਰਨ ਜੁੜ ਕੇ, ਮੇਰੇ ਮਾਲਕ ਕਹਿੰਦੇ ਪਹਿਲਾਂ ਖੇਡਣ ਸਿਖਾਇਆ, ਕਿਸੇ ਨੇ ਵੀ ਨਹੀਂ ਖੇਡਿਆ, ਖੇਡੇ ਦਾ ਕ੍ਰਿਸ਼ਨ ਮਹਾਰਾਜ ਵੀ ਅਤੇ ਪਰ ਗੋਪੀਆਂ 'ਚ ਖੇਡੇ ਅਤੇ ਬੁੜੀਆਂ 'ਚ ਘੱਗਰੀ ਪਾ ਕੇ ਖੇਡੇ ਤਾਂ ਥੇ ਜ਼ਰੂਰ, ਉਹ ਐਂ ਤਾਂ ਨਹੀਂ ਵੀ ਖੇਡੇ ਨਹੀਂ ਆਉਣਾ, ਪਰ ਉਹ ਹੋਰ ਕੁਛ ਕਰਦੇ ਹੁੰਦੇ, ਉਹ ਤਾਂ ਰੱਬ ਦੀ ਕੀ ਕਹੀ ਆਪਾਂ ਉਹਨਾਂ ਨੂੰ। ਸਾਡੇ ਸ਼ਹਿਨਸ਼ਾਹ ਤਾਂ ਨੰਗੀਆਂ ਤੇਗਾਂ 'ਚ ਖੇਡੇ, ਕਿਰਪਾਨਾ ਮੂੰਹ 'ਚ ਲੈ ਲੈਣੀਆਂ, ਦੋ ਦੋ ਹੱਥਾਂ 'ਚ ਲੈ ਲੈਣੀਆਂ, ਢਾਲਾਂ 'ਤੇ ਖੇਡਣਾ, ਨੇਜੇ ਨਾਲ ਖੇਡਣਾ। ਹੁਣ ਮੇਰੇ ਮਾਲਕ ਸਿੰਘਾਂ ਨੂੰ ਹਾਕ ਮਾਰਦੇ ਨੇ ਖੇਡਣ ਵਾਸਤੇ, ਵਾਹਿਗੁਰੂ, ਅਤੇ ਜਿਹਨਾਂ ਜਿਹਨਾਂ ਤੋਂ ਹੋਰ ਇਸ ਮਹਾਨ ਜੱਗ ਵਿੱਚ ਹਿੱਸਾ ਪੈਂਦਾ, ਪਾ ਲਓ ਲੈ ਵੀ ਪੋਤਿਆ, ਗੌਰ ਨਾਲ ਢੋਲਕ ਵਜਾਈ ਕੇ ਅਤੇ ਲੜਨਾ ਪਈਏ ਆਪਾਂ। ਸਿੰਘੋ ਖੇਡੀਏ ਆਨੰਦਪੁਰ ਵਿੱਚ ਹੋਲਾ, ਆਜੋ ਸਿੰਘੋ ਖੇਡੀਏ ਆਨੰਦਪੁਰ ਵਿੱਚ ਹੋਲਾ,
ਚੁੱਕ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁਲ ਦੇ ਨਹੀਂ ਛਤਰ ਧਾਰੀਆਂ ਛਤਰਧਾਰੀਆਂ ਦੇ ਲੱਖਾਂ ਛਤਰ ਸਿਰ ਤੇ ਪਰ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਸ਼ਾਨ ਤੱਕੀ ਤੇਰੇ ਨਾਲ ਦਾ ਹੋਰ ਦਿਲਦਾਰ ਕੋਈ ਨਾ ਭਾਵੇਂ ਬਾਦਸ਼ਾਹ ਭਾਵੇਂ ਗਰੀਬ ਹੋਵੇ ਤੇਰਾ ਛੋਟਿਆਂ ਨਾਲ ਘੱਟ ਪਿਆਰ ਕੋਈ ਨਾ ਜੋ ਜੀ ਪ੍ਰੀਤਮਾ ਦਿਲਾਂ ਦੀ ਬੁੱਝ ਲੈਣਾ ਦਿਸੇ ਲੱਗਿਆ ਟੈਲੀਫੋਨ ਤਾਰ ਕੋਈ ਨਾ ਸਿੱਖ ਸੰਗਤਾਂ ਬਹੁਤ ਬੇਅੰਤ ਅੱਗੇ ਵਾਸਤੇ ਵੀ ਇੱਕ ਚੀਜ਼ ਰੱਖਿਆ ਕਰੋ ਗੁਰਸਿੱਖ ਸੰਗਤਾਂ ਇਹ ਅਸੀਂ ਸਾਧੂ ਦੱਸਦੇ ਨਹੀਂ ਹਾਂ ਅਸੀਂ ਸਾਧੂ ਆਪਦੀ ਵਡਿਆਈ ਦੇ ਭੁੱਖੇ ਬਣ ਗਏ ਜਿੱਥੇ ਵੀ ਕਿਸੇ ਸਾਧੂ ਦਾ ਕਿਸੇ ਗੁਰਸਿੱਖ ਦਾ ਦੀਵਾਨ ਹੋਵੇ ਚਾਰ ਬੰਦੇ ਜੁੜ ਕੇ ਸੰਗਤਾਂ ਜਾਂਦੇ ਹਾਂ ਜ਼ਰੂਰ ਦੀਵਾਨ 'ਚ ਪਰ ਸਤਿਗੁਰ ਦਾ ਪਛਾਕਾ ਲੈ ਕੇ ਜਾਇਆ ਕਰੋ ਕਿੰਨੀ ਇੱਜ਼ਤ ਕਿੰਨਾ ਮਾਣ ਮਿਲੇਗਾ ਤੁਹਾਨੂੰ ਜੇ ਟੀਰੀ ਦੀ ਸੱਸ ਦਾ
ਛੂਟਣਾ ਤੇ ਔਰ ਰੱਖਣ ਵਿਆਹ 'ਚ, ਦੇਖ ਫਿਰ ਕੀ ਬਣਦਾ। ਜੇ ਨੂਣ ਵਾਲੀਆਂ ਪਕੌੜੀਆਂ ਬਣਾ ਮਿੱਠੀਆਂ ਲੱਗਣ, ਹੁਣ ਤਾਂ ਮੈਂ ਖੂਹ ਛੱਡਤਾ। ਚੱਲ ਲੈ ਫਿਰ ਲਾ ਦਿੰਦਾ, ਕੋਈ ਨਾ ਚੱਲ ਮੇਰਾ ਤਾਂ ਕਿਆ, ਬੁੜਿਆਂ ਦਾ ਕਿਉਂ ਦਾ ਕਦ ਮਰ ਜੋੜ ਲੈਣ। ਸੰਗਤਾਂ ਕਿੰਨੇ ਪਿਆਰ ਭਰੀਆਂ ਹਨ, ਮੈਂ ਇੱਕੋ ਗੱਲ ਦਾ ਹੈਰਾਨ ਮੰਨਦਾ ਹਾਂ ਵੀ ਸੰਗਤਾਂ ਮੈਂ ਤਾਂ ਅੱਗੇ ਥੱਕ ਕੇ ਆਉਣਗੇ ਬੈਠੀਆਂ, ਅਤੇ ਅਜੇ ਭਾਈ ਜੀ ਕੋਲ ਫਰਮਾਇਸ਼ ਆਈ ਹੈ ਬੀਬੀਆਂ ਵੱਲੋਂ ਗੁਰਸਿੱਖਾਂ ਵੱਲੋਂ ਵੀ ਬਾਰਾ ਇੱਕ ਤਾਰ ਭੈਰਵੀ ਛੰਦ ਕਹਿੰਦੇ ਨੇ ਉਸਨੂੰ, ਅਤੇ ਗੁਰੂ ਰੂਪ ਸਾਧ ਸਿੰਘ ਜੀ ਇੱਕ ਮੈਂ ਤੁਹਾਨੂੰ ਫਰਮਾਇਸ਼ ਵੀ ਕਰ ਜਾਵਾਂ, ਮੈਨੂੰ ਅਮੈਰੀਕਾ 'ਚੋਂ ਟੈਲੀਫੋਨ ਆਇਆ ਸੀ ਹੁਣ, ਖਾਉਣੀ ਮੈਂ ਤਰੀਕ ਭੁੱਲ ਗਿਆ, ਖਾਉਣੀ 22 ਤਰੀਕ ਹੈ, ਖਾਉਣੀ 20 ਤਰੀਕ ਹੈਗੀ। ਸੰਤ ਮਹਾਰਾਜ ਢੱਡਰੀਆਂ ਵਾਲੇ ਸੰਤ ਵੀ ਆ ਰਹੇ ਨੇ ਨਗਰ 'ਚ, ਪਾਗਾਂ ਵਾਲਾ ਨਗਰ ਹੈ ਇਹ। ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਇਹ ਤਾਂ ਬੁੱਢਾ ਦਾ ਸਰੀਰ ਇਹਦਾ ਕੀ ਹੈਗਾ, ਅਤੇ ਬਹੁਤ ਸੋਹਣੇ ਚੜ੍ਹਦੀ ਉਮਰ ਸਾਧੂ ਨੇ, ਕੀਰਤਨ ਸੁਣੋਗੇ ਹੈਰਾਨ ਮਨ ਜੋ, ਖਬਰਾਂ ਕਿੱਡਾ ਕਬੋਲ ਹੋਣਾ ਗੱਭਰੂਆਂ ਦਾ, ਅਤੇ ਗੱਭਰੂ ਸੰਤ ਨੇ ਗੇ, ਚੜ੍ਹਦੀ ਕਲਾ ਵਿੱਚ ਨੇ, ਮਾਨਤਾ ਭਰਪੂਰ ਸਾਧੂ ਨੇ ਗੇ। ਸਾਰੀਆਂ ਸੰਗਤਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਮੈਨੂੰ ਅਮੈਰੀਕਾ 'ਚੋਂ ਇਹਨਾਂ ਦਾ ਹਾਲ ਦੱਸਿਆ ਨੇ ਮੈਨੂੰ ਕਿਸੇ ਨੇ, ਅਮੈਰੀਕਾ 'ਚੋਂ ਪਤਾ ਲੱਗਿਆ ਵੀ ਸੰਤ ਢੱਡਰੀਆਂ ਵਾਲੇ ਮਹਾਰਾਜਾ ਆ ਰਹੇ ਨੇਗੇ। ਬੜਾ ਸੋਹਣਾ ਬਿਰਤੀ ਹੈ ਇਸ ਉਮਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਨਾ। ਲਓ ਮੈਨੂੰ ਹੁਕਮ ਹੋਇਆ ਬੁੱਢੇ ਨੂੰ ਵੀ ਤਾਰ ਸੁਣਾਓ, ਤਾਰ ਦਾ ਅਰਥ ਹੈ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸੱਜਣਾ। ਸੱਜਣ ਕੂੜਦੇ ਨੂੰ ਨਹੀਂ ਕਹਿਣਾ, ਕਿਸੇ ਨੂੰ ਸਤਿਗੁਰੂ ਨੂੰ ਕਹਿਣਾ, ਆਵੋ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ। ਦਰਸ਼ਨ ਇਹ ਹੈ ਤੂੰ ਸੱਜਣ ਸੱਚਾ ਪਾਤਸ਼ਾਹ, ਇਹ ਸੱਜਣ ਹੈਗਾ, ਇਹਨੂੰ ਕਹਿਣਾ ਹੈਗਾ। ਇਹ ਜਿਹਦੇ ਅੰਦਰ ਹੀ ਤਾਰ ਵੱਜੇਗੀ ਭਲਾ ਫਿਰ 100 ਦਾ ਨੋਟ ਲਗੋਲੂਗਾ ਉਹ, ਜਿਹਦੇ ਅੰਦਰ ਤਾਰ ਵੱਜੂਗੀ ਮੇਰੀ ਮੈਂ ਵਜਾਊਂਗਾ ਤਾਰ, ਜਿਹਦੇ ਵੱਜੂ ਉਹ ਜੇਬ 'ਚ ਪੈਸਾ ਤਾਂ ਰੱਖ ਨਹੀਂ ਸਕਦਾ। ਕੇਰਾ ਨਾ ਮੰਦਾਨੇ ਜੰਗ 'ਚ ਆਓਗੇ ਇਧਰਲੇ ਪਾਸੇ ਆਓ। ਚੌਥੇ 'ਚ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਉਹ ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਉਹ ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਉਹ ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਉਹ ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਉਹ ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਤੇਰੀ ਤਾਰ ਸੱਜਣਾ, ਰਹਿੰਦੀ ਤਾਰ।
ਤੂੰ ਮਿਲੇਗਾ ਆ ਕੇ ਕਰਾਂ ਇੰਤਜ਼ਾਰ ਸਜਣਾ ਹਰਦਮ ਰਹੀ ਗਰਾਸ ਵੱਜਦੀ ਓ ਤੇਰੀ ਤਾਰ ਸਜਣਾ ਹਰਦਮ ਰਹੀ ਗਰਾਸ ਵੱਜਦੀ ਓ ਤੇਰੀ ਤਾਰ ਸਜਣਾ ਹਰਦਮ ਰਹੀ ਦਿਲਾਂ ਵਿੱਚ ਵੱਜਦੀ ਤਾਰ ਸਜਣਾ ਹਰਦਮ ਰਹੀ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸਜਣਾ ਜਾਣ ਮੇਰੇ ਸੱਚਾ ਤੂੰ ਭਗਵਾਨ ਸਲੰਦ ਦਿਲਦਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਸਜਣਾ ਸਾਬਾ ਤੂੰ ਸੱਚਾ ਅਵਤਾਰ ਤੇਰੀ ਕਲਗੀ ਦੀ ਚਮਕਾਰ ਤੇਰਾ ਤੇ ਗਾ ਰਿਹਾ ਫਕਾਰ ਸਲੰਦ ਬਲਕਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਤੇਰੀ ਤਾਰ ਸਜਣਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਓ ਤੇਰੀ ਤਾਰ ਸਜਣਾ ਉਧਰ ਬਾਜੀ ਮੁੱਕ ਗਿਆ ਮੈਂ ਕੀ ਕਰਾਂ ਭਾਈ ਬੋਲੇ ਸੋਨਿਆਲੇ ਨਿੰਗਾ ਸਿੰਘ ਕਹਿੰਦਾ ਰਗੜਾ ਸੁੱਖਾ ਰਾਤ ਨੂੰ ਰੱਜ ਕੇ ਕਹਿੰਦੇ ਵੀ ਦਿੱਲੀ ਨੂੰ ਚੱਲਣਾ ਕਹਿੰਦੇ ਚਲੋ ਬਈ ਮੇਰੇ ਵਰਗ ਨੇ ਸਾਜਰੇ ਸੁੱਖੇ ਦੇ ਰੱਜੇ ਨੇ ਘੋੜਾ ਹੱਕਤਾ ਘੋੜਾ ਡੁਬਕੀ ਗਿਆ ਮੂਹਰੇ ਨੂੰ ਹੋਈ ਗਿਆ ਡੁਬਕੀਆਂ ਮੂਹਰੇ ਨੂੰ ਹੋਈ ਗਿਆ ਚੜਿਆ ਸੁੱਖਾ ਥੱਲੇ ਗਿਰ ਪਿਆ ਮਗਰਲੇ ਸਿੰਘ ਅੱਗੇ ਨਾਲ ਰਲ ਗਏ ਉਹ ਕਹਿੰਦੇ ਬੋਲਾ ਸ਼ੇਰਾਂ ਦੇ ਬਾਹਰ ਜੀ ਕੀ ਫਤਿਹ ਬਾਹਰ ਜੀ ਕੀ ਫਤਿਹ ਸਿੰਘਾਂ ਇੱਥੇ ਡਿੱਗਿਆ ਪਿਆ ਉਹ ਕਹਿੰਦਾ ਡਿੱਗਿਆ ਡੁੱਗਿਆ ਖਾਲਸਾ ਕਾਹਨੂੰ ਹੈ ਕਹਿੰਦਾ ਮੇਰੇ ਤਾਂ ਮੂਹਰੋਂ ਘੋੜਾ ਮੁੱਕ ਗਿਆ ਮੈਂ ਤਾਂ ਦਿੱਲੀ ਜਾ ਵੜਦਾ ਹੋਊਂ ਇਧਰਲੇ ਪਾਸੋਂ ਮੇਰੇ ਬਾਜੇ ਮੁੱਕ ਗਿਆ ਹੁਣ ਮੈਂ ਕੀ ਕਰਾਂ ਗੁਰੂ ਰੂਪ ਸਾਧ ਸੰਗਤ ਜੀ ਅਤੇ ਗੇਰ ਤਾਂ ਗੱਡੀ ਦੇ ਚਾਰ ਪੰਜ ਹੋਰ ਵੀ ਹੈਗੇ ਤੇ ਪਰ ਹੁਣ ਇੱਧਰ ਬਾਜਾ ਹੀ ਮੁੱਕ ਮੈਂ ਤਾਂ ਉਂਗਲੀ ਇੱਧਰਲੇ ਪਾਸੇ ਲੈ ਗਏ ਸੀਗਾ ਸੇ ਆਓ ਗੁਰਸਿੱਖ ਸੰਗਤਾਂ ਦੇਗਾਂ ਕਹਿੰਦੇ ਸੱਜ ਕੇ ਆਈਆਂ ਨੇ ਫਿਰ ਤਾਂ ਆਪਾਂ ਹੋਰ ਲਾ ਦੇ ਕੜਾਹ ਦੇ ਖਾਤਰ ਸਾਧੇ ਹੋਏ ਗੇ ਇਹੀ ਤਾਂ ਟੰਟ ਹੈਗਾ ਮੰਨ ਗਏ ਤੁਹਾਨੂੰ ਲੈਣਾ ਲੈਣਾ ਲੈਣਾ
ਵਧ ਕੇ ਜਾਵਾਂ, ਗੱਲ ਪੱਲੜਾ ਤਸੀ ਸਨ ਮਾਮਾ, ਫੁੱਲਾਂ ਸੱਬੇ ਹੀ ਬਖਸ਼ਾਵਾਂ, ਕੱਟੋ 84 ਦਾ ਗੇੜਾ। ਵਾਲਾ ਤੇਰਾ ਉਹ ਮੈਂ ਕੀ ਲੈਣਾ।
ਕੜਕ ਰਹਿੰਦੀ, ਮੈਂ ਤਾਂ ਪਾਣੀ ਕੱਢ ਦੂੰਗਾ ਬੁੜਾ ਜਿਹਾ। ਆਹ ਹੁਣ ਸਾਰੀਆਂ ਸੰਗਤਾਂ ਆਪਾਂ ਆਨੰਦ ਸਾਹਿਬ ਦੇ ਪੰਜ ਪਾਉ ਪੜੀਆਂ। ਰਾਮਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਰਦਾਸ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖੇ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ।
ਨਿਜ ਕਰ ਕਲਗੀ ਦੇ ਸਜਾਏ ਦੀਪ ਸਾਕ ਆਪਣੀ ਪਹਿਨਾਏ ਸੰਗਤ ਸਿੰਘ ਕੋ ਬੁਰਜ ਬਿਠਾਏ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂਦੈ ਸਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਵਨਾ ਦਾ ਵੇਸਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਵਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਧ ਰਖਾਵ ਹੋ ਤੁਮਰੀ ਸਰਣ ਤੁਮਾਰੀ ਆਸ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ
ਤੁਮਰੀ ਸਰਨ ਤੁਮਾਰੀ ਆਸ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।